सत श्री अकाल, मैं कुलदीप सिंह धालीवाल, खेतीबाड़ी मंत्री पंजाब। आप सब नूं यह दसना चाहुंदा कि जिहड़ा साडी सरकार ने हुण डिसाइड किया, असी एक नोटिस कढ के जिहड़ी कन्फ्यूजन ही पंजाब दे विच किसानां दे विच कि शायद पराली दे जिहड़े रैड नोटिस होए जां किसे किसान दे खिलाफ केस होया, साडे मानयोग मुख्यमंत्री सरदार भगवंत सिंह मान, मैं भी लगातार जदों दा पराली दा मसला शुरू होया उदों तों लैके हुण तक साडी इक्को ही लाइन सी, अज वी होई है कि पराली दा मुद्दा किसानां नूं सज़ा देण नाल नहीं, पराली दा मुद्दा किसानां दे नाल सहयोग करन नाल हल होणा। पर उस समय क्योंकि बीजेपी गुजरात दी इलैक्शन करके सानूं बदनाम कर रही सीगी, गरीब ट्रिब्यूनल दे राहीं पंजाब दे कुछ अफसरां ते दबाव पा के कुछ थावां दे उत्ते जिहड़े ਉਹ ਜਿਹੜੇ ਇਹ ਲਾਲ ਜਿਹੜੇ ਫਰਮਾਨ ਆ ਜਾਰੀ ਕੀਤੇ ਗਏ, ਪਰ ਅਸੀਂ ਉਹ ਸਭ ਜਿਹੜੇ ਵਾਪਸ ਕਰ ਰਹੇ ਹਾਂ। ਅਸੀਂ ਤਾਂ ਪਹਿਲਾਂ ਕਿਸੇ ਵੀ ਅਫਸਰ ਨੂੰ, ਮੈਂ ਖੇਤੀਬਾੜੀ ਮੰਤਰੀ ਹਾਂ, ਮਾਨਸਾ ਵੱਲੋਂ ਕਿਸੇ ਅਧਿਕਾਰੀ ਨੂੰ ਕਦੀ ਕਿਸੇ ਸਟੇਟਮੈਂਟ ਦੇ ਵਿੱਚ, ਕਦੀ ਕਿਸੇ ਟੀਵੀ ਦੇ ਉੱਤੇ, ਕਦੀ ਕਿਸੇ ਚੈਨਲ ਦੇ ਉੱਤੇ, ਸਾਡੀ ਹਮੇਸ਼ਾ ਹੀ ਇਹੀ ਲਾਈਨ ਆ, ਅੱਜ ਵੀ ਇਹੀ ਲਾਈਨ ਆ ਕਿ ਕਿਸਾਨਾਂ ਨੂੰ ਸਜ਼ਾ ਨਹੀਂ, ਪਰਾਲੀ ਦੇ ਮਾਮਲੇ 'ਤੇ ਸਹਿਯੋਗ ਦੀ ਲੋੜ ਹੈ। ਸੋ ਜਿੱਦਾਂ ਤੁਸੀਂ ਐਲਕਾ ਸਹਿਯੋਗ ਕੀਤਾ, 30% ਗਿਰਾਵਟ ਆਈ ਆ ਪੰਜਾਬ ਦੇ ਕਿਸਾਨਾਂ ਦੇ ਸਹਿਯੋਗ ਕਰਕੇ, ਮੈਂ ਕਿਸਾਨਾਂ ਦਾ ਬਹੁਤ ਧੰਨਵਾਦੀ ਵੀ ਹਾਂ, ਉਹਨਾਂ ਦਾ ਧੰਨਵਾਦ ਕਰਦਾ। ਉਹ ਆਸ ਕਰੂੰਗਾ ਐਲਕਾ 30% ਹੋਇਆ, ਅਗਲੀ ਵਾਰ ਆਪਾਂ 60% ਜਿਹੜਾ ਉਹ ਪਰਾਲੀ ਦੀਆਂ ਅੱਗ ਲਾਉਂਦੀਆਂ ਘਟਾਵਾਂ ਜਿਹੜੀਆਂ ਡਾਊਨ ਕਰਦੀਆਂ। ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਮਾਨ ਸਾਹਿਬ ਦੀ ਸਰਕਾਰ ਦੇ ਹੁੰਦਿਆਂ ਕਿਸੇ ਕਿਸਾਨ ਦਾ ਕੋਈ ਲੀਗਲੀ ਨੁਕਸਾਨ ਨਹੀਂ ਹੋਊਗਾ, ਕਿਸੇ ਦੇ ਖਿਲਾਫ਼ ਕੋਈ ਕੇਸ ਨਹੀਂ ਹੋਊਗਾ। ਅਸੀਂ ਬਕਾਇਦਾ ਚਿੱਠੀ ਕੱਢਤੀ ਆ, ਸਭ ਡੀਸੀਆਂ ਨੂੰ ਹਦਾਇਤ ਕਰਤੀ ਆ, ਜਿੱਥੇ ਵੀ ਕਿਸੇ ਕਿਸਾਨ ਵੀਰ ਦਾ ਹੈਗਾ, ਜੇ ਕਿਸੇ ਨੂੰ ਨਹੀਂ ਕੋਈ ਅਫਸਰ ਸਹਿਯੋਗ ਦਿੰਦਾ ਤਾਂ ਮੇਰੇ ਨਾਲ ਜਿਹੜਾ ਸੰਪਰਕ ਕਰੇ। ਬਸ ਮੈਂ ਇਹੀ ਤੁਹਾਨੂੰ ਕਹਿਣਾ ਸੀ, ਬਸ ਤੁਹਾਡਾ ਧੰਨਵਾਦ ਕਰਨਾ ਸੀਗਾ ਕਿ ਤੁਸੀਂ ਇੰਨਾ ਸਹਿਯੋਗ ਕੀਤਾ ਕਿ ਅਸੀਂ 30% ਜਿਹੜਾ ਉਹ ਗਿਰਾਵਟ ਲਿਆ ਸਕੇ ਪਰਾਲੀ ਨੂੰ ਅੱਗ ਲਾਉਂਦੀ ਆ ਘਟਨਾਵਾਂ ਦੇ ਵਿੱਚ। ਤੁਹਾਡਾ ਸਭ ਦਾ ਬਹੁਤ ਬਹੁਤ